अस्सलाम वालेकुम जी, क्या हाल है? ठीक हो तभी से ठीक है। मैं आमिर शाह, तो सभी देखो मेरा यूट्यूब चैनल खोकर से ज्यादा विवर जेड जेड दोस्त बिरा मेरे चैनल तो नवे मेरे चैनल सब्सक्राइब कर दियो। तो उस बार शुरू करें आज का मजेदार व्लॉग। साडा फौजी तसवर यह भी है कि फौज चाहे रिटायर हुए वजह यह कोई पैगाम देना चाहता है तुहानू, यह तुसा अपने कन्ने नाल खुद ही सुन लो। वादा जी शुक्रिया दा, बड़ी मेहरबानी। तो कोई साढ़े दोस्त हैं जी जनाब अली, कोई बड़ी मेहरबानी, आपका शुक्रिया राव। के करें देख लो नाथ नु के होया ਹੁਣ ਮਲਦਾ ਦਵਾ ਦਰੋਂ ਹਾਂ ਅੱਗੋਂ ਇਹਨੂੰ ਟੋਰ ਨਾ ਨਹੀਂ ਮਲਦਾ ਨਹੀਂ ਹੁਣ ਦੂਏ ਇਸ ਆਸ ਦੇ ਤੋਂ ਸ਼ੈਤਾਨ ਕੀਤੀ ਇਹ ਛੋਟੀਆਂ ਛੋਟੀਆਂ ਨਾਲ ਕੁੜਾ ਸੁਣ ਬਾਜੇ ਵਗੇ ਕਿਵੇਂ ਟਰਾਲ ਹੈ ਟਰੱਕ ਦੇਖ ਨਹੀਂ ਆ ਗਿਆ ਨਹੀਂ ਤੇ ਲਾਇਆ ਕਿੱਥੇ ਮਾਣਾ ਨੇ ਘਰ ਘਰ ਤੁਹਾਡਾ ਕਿੱਥੇ ਇਥਾਂ ਇਦੂਈ ਬੈਂਕ ਲੈਵਣ ਸਹੀ ਹੈ ਤੂੰ ਵੀਡੀਓ ਬਣਾ ਲਈ ਅੱਛਾ ਸੈਂ ਟੋਰੀਏ ਟੋਰ ਨਾ ਟੋਰਣ ਦੀ ਬਣਾਈ ਸਮਾਂ छोटे मारो ना पिछू रिवर आज वेख लो गड्डियां तीन चार रुकी हुई ने, सिर्फ साडा जगह प्लेन आए ना उसकी वजह तो इस उत्ते लोड है पिया है लोहे का मटीरियल है जी, इसने गार्डर टी आर वगैरह बनते हैं। ओ जी क्या चलाई ना पिया है टिकड़ा तो मैं खवा टिकड़े ले हुआ है आप लाए उठी के त्रै आने त्रीया त्रै नहीं आने त्रीया त्रै यार एक दो मिले नो ए दो ले बैठा है खा खा मैं नहीं खाता शायद बस ऐसा मेरे टीम का मेंबर है पिया ये कोई पैगाम देना चाहता तो आनू जी। अस्सलाम वालेकुम यूट्यूब वाले और टिकटॉक वाले दोस्त साहब आप सारे वीर भरा खुश हो सो तकरीबन साड़ी ये इतला है भाई जान भाई आज तो बाद ज़्यादा बिल्कुल अच्छी तो अच्छी फनी वीडियो तैयार करके चाड़नी है अपने चैनल से खोखर शहजादा वान दे व्लॉग इंशाल्लाह सारे काम वेचो से ऐ सपोर्ट करनी है जी अजकल वोटर ने सपोर्ट करें मेहरबानी हो सी हाँ नहीं मैं उतले परले ना नहीं लेंदा अच्छा मेहरबानी हो सी गल ते करें दा ते सारे भरावां दा शुक्रिया अदा हो सी अस्सलाम वालेकुम। मैं फौत हो गई आई उसका अज तीसरे दिन खत्म है असं उदे आ गए हैं सफर इतना कोई ना आई असं मुड़ पैदल ही आ गए शहर से मैं बाकी का व्लॉग इंशाल्लाह खत्म तो बाद शुरू कर दूँ। अस्सलाम वालेकुम क्या है जी
ਵੀਰ ਇਹ ਬੰਦਾ ਤੁਸੀਂ ਸਵੇਰ ਦੇ ਪਏ ਹੋ ਇਹ ਮੈਂ ਇੱਕ ਮਲਿਕ ਦਾ ਬਹੁਤ ਹੀ ਅਖੀਰੀ ਫੈਨ ਹੈ ਵੀ ਇਤਨਾ ਜ਼ਿਆਦਾ ਨਾ ਬਾਈ ਇਸ ਨੂੰ ਪਤਾ ਲੱਗ ਜਾਵੇ ਨਾ ਬਾਈ ਇੱਥੇ ਮੈਂ ਇੱਕ ਮਲਿਕ ਆਉਂਦੀ ਪਈ ਇਹਨੂੰ ਕੋਈ ਝੂਠ ਹੀ ਮਾਰੇ ਤਾਂ ਨਾ ਇਹ ਬੰਦਾ ਉਸ ਜਗ੍ਹਾ ਤੇ ਆਪਣੇ ਵਧਾਉਂਦਾ ਹੈ ਯਾਰ ਉਹਨੇ ਵੇਖ ਤੇ ਸਹੀ ਚਾਰ ਯਾਰ ਉਹਨੇ ਵੇਖ ਤੇ ਸਹੀ ਤੈਨੂੰ ਮੈਂ ਇੱਕ ਮਲਿਕ ਮਿਲ ਸੀ ਨਾ ਮਿਲੇ ਮੁੜ ਤੂੰ ਗੱਲ ਕਰੇ ਤੈਨੂੰ ਇੱਥੇ ਆ ਕੇ ਤੋੜ ਮਿਲ ਸੀ ਇੱਕ ਵਾਰੀ ਵੇਖ ਤੇ ਸਹੀ ਮੈਂ ਮਿਲਦਾ ਹੀ ਨਹੀਂ ਉਹਨੂੰ ਨਹੀਂ ਤੂੰ ਮੁੜ ਅੱਗੇ ਕਿਉਂ ਹਾਲ ਗੱਤੀ ਵਧਾਉਂਦਾ ਬਈ ਸਾਨੂੰ ਮੈਂ ਇੱਕ ਮਲਿਕ ਮਿਲਾ ਇਹ ਵਾਰ ਸ਼ਰਮਾ ਗਈ ਹੈ ਬੰਦਾ ਉਹਨਾਂ ਦੇ ਵੇਖ ਹੁਣ ਯਾਰ ਕੰਮ ਨੂੰ ਵੇਖ ਮਿੰਟ ਮੈਂ ਤੇਰੇ ਵਾਸਤੇ ਕਰਾਂ ਨਹੀਂ ਤੂੰ ਮੇਰੇ ਵਾਸਤੇ ਕੋਈ ਨਹੀਂ ਗੱਲ ਇਹ ਵਾਰ ਬੰਦਾ ਸ਼ਰਮਾ ਗਿਆ ਨਹੀਂ ਦੱਸ ਕਹਿੰਦਾ ਇਹ ਨਾ ਅਖੀਰੀ ਫੈਨ ਹੈ ਵੀ ਮੈਂ ਇੱਕ ਮਲਿਕ ਦਾ ਜੀ ਤੇ ਮਿਹਰਬਾਨੀ ਕਰਨੀ ਹੈ ਇਹ ਮੈਂ ਇੱਕ ਮਲਿਕ ਦਾ ਵੀਡੀਓ ਪਹੁੰਚਣੀ ਚਾਹੀਦੀ ਹੈ ਵੀ ਜਦੋਂ ਉਸਦਾ ਜ਼ਿਲ੍ਹੇ ਜਾਂਗੇ ਚੱਕਰ ਲੱਗਿਆ ਨਾ ਉਹ ਸਾਨੂੰ ਮੈਸੇਜ ਜ਼ਰੂਰ ਕਰੇ ਅਸਾਂ ਉਸ ਨੂੰ ਜਾ ਕੇ ਖੁਦ ਹੀ ਮਿਲ ਲਈ ਸਾਂ ਉਸ ਜਗ੍ਹਾ 'ਤੇ ਫੀਵਰ ਪੰਪ ਚੈੱਕ ਕਰੋ ਮਿਰਜ਼ਾਈਲ ਪੰਪ ਇਸ ਦਾ ਨਾਂ ਹੈ ਪਿਆ ਇਹਨਾਂ ਬੈਂਟਰੀ 'ਤੇ ਚੱਲਦਾ ਪਿਆ ਛੋਟੀ ਬੈਂਟਰੀ 'ਤੇ 12 ਵਾਰਡ ਕਰੰਟ ਪਾਣੀ ਕਾਫੀ ਲੈਂਦਾ ਪਿਆ ਇਹ ਮੈਂ ਇੱਕ ਮਲਿਕ ਦੇ ਦੀਵਾਨੇ ਲਾਇਆ ਹੋਇਆ ਪੰਪ ਆਪਣੀ ਜਗ੍ਹਾ 'ਤੇ ਨਾਂਦੀ ਇਹਨਾਂ ਭੱਟੀ ਖੋਇਆ ਲਈ ਤਾਂ ਉਸਦੇ ਵਾਸਤੇ ਪਾਣੀ ਵਗੈਰਾ ਇਸਤੇਮਾਲ ਕਰ ਰਹੇ ਨੇ ਚਾਹ ਵੀ ਸੀ ਨਾ ਤੁਹਾਡੀ ਦੁਕਾਨ ਕੋਟ ਬਾਜ਼ਾਰ ਵਾਲੇ ਸਾਰਿਆਂ ਨੂੰ ਪਤਾ ਹੈ ਵੀਰ ਸਾਡੀ ਮੱਝ ਬਿਮਾਰ ਹੋਈ ਕਲੀ ਉਹਦੇ ਵਾਸਤੇ ਕੋਈ ਦਵਾਈਆਂ ਵਗੈਰਾ ਲੈਣ ਆਏ ਹੋਏ ਬਿਲਾਲ ਪੰਸਾਰ ਤੋਂ ਮੈਂ ਆਇਆ ਬੈਠਾ ਦਿਲਦਾਰ ਸ਼ਾਹ ਕੋਲੋਂ ਤੁਹਾਨੂੰ ਪਤਾ ਹੈ ਪਿੱਛੇ ਮੇਰਾ ਹੋਟਲ ਹੈ ਨਾ ਅਤੇ ਨਾਲ ਹਮਸਾਇਆ ਹੈ ਵੀ ਕੱਲ੍ਹ ਇਹ ਆਖਦਾ ਹੈ ਨਾ ਬਈ ਮੇਰੀ ਹਾਲਤ ਖਰਾਬ ਹੈ ਗੱਡੀ ਦੋਨਾਂ ਖਿਲਾ ਬਈ ਤੂੰ ਮੇਰਾ ਵਲੌਗ ਨਾ ਬਣਾ ਅੱਜ ਠੀਕ ਬੈਠਾ ਗੱਡੀ ਇਸ ਇੱਕ ਦੋ ਧੋਤੀਆਂ ਨੇ ਲੇਕਿਨ ਮੈਂ ਇੱਥੇ ਕੋਈ ਨਾ ਮੇਰੀ ਵੀਡੀਓ ਕੋਈ ਨਹੀਂ ਬਣਾ ਸਕਿਆ ਹੁਣ ਇਸਦੇ ਕੋਲ ਦੋ ਤਿੰਨ ਸਵਾਲ ਇੰਨਾ ਸੌ ਕਰੇਨੇ ਆ ਮੈਂ ਕੀ ਹਾਲ ਹੈ ਜੀ ਅੱਲਾ ਦੇ ਕਰਮ ਠੀਕ ਠਾਕ ਸ਼ੁਕਰ ਬਸ ਇਹ ਠੀਕ ਹੈ ਅੱਛਾ ਸੁਣਾਓ ਤੁਸੀਂ ਵੋਟ ਕਿਹਨੂੰ ਦੇਣਾ ਇਮਰਾਨ ਖਾਨ ਨੂੰ ਵੋਟ ਦੇਵਾ ਯਾਰ ਇਮਰਾਨ ਖਾਨ ਨਾਲ ਹੈ ਅੱਗਾ ਆਖਦਾ ਸਵੇਰੇ ਪਤਾ ਲੱਗ ਸੀ ਬਈ ਰਾਤੀ ਜਿਵੇਂ ਵਡੇਰਿਆਂ ਦਾ ਹੁਕਮ ਹੋਇਆ ਉਸ ਤਰ੍ਹਾਂ ਅਸਾਂ ਕਰਨਾ ਹੈ ਇਹਨਾਂ ਦਾ ਦਿਲ ਇਮਰਾਨ ਖਾਨ ਨਾਲ ਲੱਗਾ ਖਲਿਆ ਇਹ ਜੀ ਦਿਲਦਾਰ ਸ਼ਾਹ ਦੇ ਜਿਗਰ ਗੋਸ਼ਨ ਦੋਵੇਂ ਇਹ ਸਾਈਕਲ ਇਸ ਲੈ ਕੇ ਇਹਨਾਂ ਨੂੰ ਦਿੱਤੋ ਹੋਇਆ ਤਾਂ ਇਹਨਾਂ ਨੂੰ ਸਕੂਨ ਨਹੀਂ ਆਉਂਦਾ ਘਰ ਇਹ ਇੱਦਾਂ ਕੀ ਕਰਨ ਆ ਗਏ ਹੋ ਕਿਵੇਂ ਆਏ ਹੋ ਦੱਸੋ ਕਿਵੇਂ ਆਏ ਹੋ ਕੁਛ ਲੱਭਣੀ ਕਿੱਲੇ ਤੇ ਆਇਆ ਆਇਆ ਤਾਂ ਸਾਈਕਲ ਤੇ ਵਧਿਓ ਇੱਦੇ ਆਇਆ ਕੀ ਕਰਨਾ ਹੋ ਉਹਨੇ ਇਹ ਰੋਡ ਚੱਲਦਾ ਪਿਆ ਤੁਸੀਂ ਮੂੰਹ ਚੱਕ ਬੱਜ ਵਗਦੇ ਹੋ ਨਿੱਕੇ ਨਿੱਕੇ ਹੋ ਤੁਸੀਂ ਵੀਵਰ ਇਹ ਲੜਕੇ ਵਾਲੀਬਾਲ ਖੇਡਦੇ ਖਲੇ ਮੈਂ ਕਿਹਾ ਚਲੋ ਇੱਕ ਦੋ ਮਿੰਟ ਦਾ ਕਲਿੱਪ ਇਹਨਾਂ ਦਾ ਹੀ ਵਿੱਚ ਪਾ ਲਵਾਂ ਐਡ ਕਰ ਲਵਾਂ ਆਪਣੇ ਵਲੌਗ ਦੇ ਵਿੱਚ ਬਸ ਕਰ
बस टाइम तकरीबन 6-9 होता पे शाम होती पी है। मेरे दो दोस्त आते पे हैदराबाद थालतू स्पेशल मैंने मिलने वास्ते, मैं उन्होंने वेट पहला उन्हें मेरे अगर कॉल की भी असा पहुंचे खेल रोडू सुल्तान। रोडू सुल्तान तो अगर सफर है कोई 10-12 किलोमीटर का, उन्होंने वेट खेल इन शाला आने तक मुलाकात देना जी। आ गए दोस्त तेरे मैं अद्धा घंटा हो गया इतना ही बैठा मेरा वेलकम बैक वीवर। काफ़ी देर हो गई है मेरे दोस्तों को, फिर उस की वजह तो ना लेट हो गई बहुत ज़्यादा, तो आज का विलॉग तो मैं ऐड करना, तो इंशाल्लाह मिलते हैं नवे विलॉग के नाल। तब तक के लिए अल्लाह हाफिज़।